ਕਹਿੰਦੇ ਨੇ ਵਕਤ ਤੋਂ ਪਹਿਲਾਂ ਅਤੇ ਕਿਸਮਤ ਤੋਂ ਬਿਨਾਂ ਕੁਝ ਨਹੀਂ ਮਿਲਦਾ। ਅਫਸੋਸ, ਇਹਨਾਂ ਦੋਨਾਂ ਕੋਲ ਨਾ ਹੀ ਕਿਸਮਤ ਹੈ ਨਾ ਹੀ ਵਕਤ। ਬੇਟਾ, ਤੂੰ ਵੱਡੀ ਹੋ ਗਈ, ਕਦੇ ਪੰਜਾਬ ਵੀ ਨਹੀਂ ਗਈ? ਨਾ ਨਾ ਨਾ, ਮੈਂ ਨਹੀਂ ਜਾਣਾ ਪੰਜਾਬ। ਪੰਜੂਬ ਮੇਰੇ ਕਹਿਣ ਤੇ ਤੂੰ ਇੱਕ ਹਫ਼ਤਾ ਚੱਲੀ ਜਾ। ਕਿਰਨ, ਮੇਰੇ ਸੁਪਨੇ ਚ ਆਉਣ ਵਾਲਾ ਮੁੰਡਾ ਮੈਂ ਇੱਥੇ ਦੇਖਿਆ। ਕਿਹੜੇ ਰੰਗ ਦੀਆਂ ਚੂੜੀਆਂ ਪਸੰਦ ਨੇ? ਪਿਆਰ ਦੇ ਰੰਗ ਦੀਆਂ, ਲਾਲ ਚੂੜੀਆਂ। ਪਰੀ, ਇਹ ਪੰਜਾਬ ਆ। ਮੈਂ ਕਿਸੇ ਤੋਂ ਡਰਦੀ ਨਹੀਂ, ਤੇਰਾ ਮੇਰਾ ਰਿਸ਼ਤਾ ਜਨਮਾਂ ਜਨਮਾਂ ਦਾ ਆ। ਤੈਨੂੰ ਮੈਂ ਇਸ ਮੁੰਡੇ ਨਾਲ ਮਿਲਣ ਤੋਂ ਰੋਕਿਆ ਸੀ ਨਾ, ਜੇ ਤੇਰੇ ਮਾਮੇ ਨੂੰ ਪਤਾ ਲੱਗ ਗਿਆ ਫੇਰ? ਮੈਂ ਆਪਣੇ ਫੈਸਲੇ ਆਪ ਕਰਦਾ, ਉਹਦੇ ਵਿੱਚ ਨਾ ਕੋਈ ਥਾਣਾ ਤੇ ਨਾ ਕੋਈ ਕਚਹਿਰੀ। ਕੱਚਾ ਪਿੰਡ ਦੀ ਇੰਟਰਨੈਟ ਵਜਾ ਦਿਓ, ਇੱਕ ਵੀ ਬੰਦਾ ਜਿਉਂਦਾ ਨਹੀਂ ਰਹਿਣਾ ਚਾਹੀਦਾ। ਕੋਨੇ ਚ ਇਹਨਾਂ ਨੂੰ ਇਹੋ ਜਿਹੀ ਭਿਆਨਕ ਮੌਤ ਮਾਰੋ ਤੇ ਫਿਰ ਮੌਤ ਵੀ ਕੱਚੇ ਪਿੰਡ ਦੀ ਜੂ ਟੱਪਣ ਤੋਂ ਪਹਿਲਾਂ ਥਰ ਥਰ ਕੰਬੇ। ਉਹਨੇ ਪਤਾ ਨੀ ਕੀ ਉੱਲੂ ਸਾੜ ਕੇ ਉਹਦੀ ਸਵਾਹ ਸਾਡੀ ਪਰੀ ਦੇ ਸਿਰ ਉੱਤੇ ਪਾ ਦਿੱਤੀ ਹੈ। ਹੀਰ ਸਿੰਘ ਦੇ ਖਾਨਦਾਨ ਦੀ ਧੀ ਹੋਵੇ ਤੇ ਇੰਨੀ ਮਜਬੂਰ ਹੋਵੇ, ਤੁਸੀਂ ਕਹੋ ਤਾਂ ਸਾਲੇ ਨੂੰ ਘਰ ਜਾ ਕੇ ਫਾਂਸੀ ਲਾਇਆ ਵਾ। ਨਹੀਂ ਨਹੀਂ, ਕੜੀਸ ਕੜੀਸ ਕੇ ਮਾਰਾ। ਓਏ ਭੱਜੋ, ਜਿੱਥੇ ਤੱਕ ਭੱਜਣਾ ਹੈ, ਭੱਜਦੇ ਭੱਜਦੇ ਧਰਤੀ ਮੁੱਕ ਜਾਣੀ ਹੈ। ਜੇ ਤੇਰਾ ਤੇ ਮੇਰਾ ਪਿਆਰ ਸੱਚਾ ਆ ਨਾ, ਆਪਾਂ ਦੋਨਾਂ ਨੂੰ ਕੋਈ ਵੀ ਜੁਦਾ ਨਹੀਂ ਕਰ ਸਕਦਾ। ਤੂੰ ਮੇਰੀ ਗੱਲ ਮੰਨ, ਇੱਥੋਂ ਚਲਾ ਜਾ। ਮੈਨੂੰ ਨਹੀਂ ਕਿਸੇ ਦਾ ਕੋਈ ਡਰ, ਮੈਂ ਨਹੀਂ ਇੱਥੋਂ ਜਾਣਾ।